ਲੰਗਰ ਚਲਦਾ ਸੀ, ਲੰਗਰ ਵੀ ਚਲਦਾ ਸੀ, ਬਾਰਾਂ ਮਣ ਦਾਣੇ ਪੀਸਦੇ ਆਏ, ਬਾਰਾਂ ਮਣ ਦਾਣੇ ਪੀਸਦੇ ਸਨ। ਉਹ ਕਿੰਨਾ ਕੁ ਦਿਨ ਨਿਕਲ ਜਾਂਦੇ ਸੀ ਬਾਰਾਂ ਮਣ? ਰੋਜ਼ ਦੇ ਕਲਮੇ ਦਾ ਗੁਕਾਰ ਆਉਂਦਾ ਪਿਛਲੀ ਰਾਤ, ਉਹ ਲਗਾ ਗਿਆ ਤੇ ਉਹ ਸਕਾ ਮਨ ਸਾਹਿਬ ਮੈਂ ਮਸਜਿਦ ਬਣਾਉਣਾ। ਅੱਛਾ, ਅੱਗੇ ਬਣਾ ਲੈ, ਪੱਕੀ ਬਣਾਉਣੀ ਹੈ। ਅੱਛਾ, ਆ ਮੇਰੇ ਬੱਠੇ ਤੋਂ ਇੱਟਾ ਜਾ ਜੀਵਨ ਦਾਸ ਆਉਂਦਾ ਸੀ, ਉਹ ਕਾਰ ਲੈਂਦਾ ਸੀ। ਅੱਛਾ, ਕੰਬੋਆਂ ਦੇ ਕੋਲ। ਅੱਛਾ, ਪਾਈ ਆਲ ਮਗਰੂ ਦਿੰਦੇ ਆ। ਠੀਕ ਹੈ, ਠੀਕ ਹੈ, ਦਾਣੇ ਗਲਦੇ। ਠੀਕ ਹੈ, ਕੋਈ ਇਦੂ ਦਿੱਤੀ ਜਾਂਦਾ ਹੈ, ਕੋਈ ਇਦੂ। ਅਤੇ ਲੰਗਰ ਤੁਸੀਂ ਵੀ ਖਾਂਦੇ ਸੀ ਬਾਬਾ ਨਜ਼ਰ ਮੁਹੰਮਦ? ਹਾਂ, ਕਰਦਾ। ਲੰਗਰ ਵਿੱਚ ਕੀ ਕੁਝ ਹੁੰਦਾ ਸੀ ਖਾਣ ਨੂੰ? ਦਾਲ ਫੁਲਕਾ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਇੱਕ ਵਾਰ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜ਼ਿਲ੍ਹਾ ਉਕਾੜਾ, ਤਹਿਸੀਲ ਦੀਪਾਲਪੁਰ ਦੇ ਪਿੰਡ ਭੁੰਮਣ ਸ਼ਾਹ। ਇਹ ਪਿੰਡ ਦੀਪਾਲਪੁਰ ਤੋਂ 18 ਕਿਲੋਮੀਟਰ ਦੂਰ ਹਵੇਲੀ ਲੱਖਾ ਰੋਡ 'ਤੇ ਆਬਾਦ ਹੈ ਅਤੇ ਇਸ ਦਾ ਪੁਰਾਣਾ ਨਾਂ ਕੁਤਬਕੋਟ ਹੈ। ਇਹ ਇੱਕ ਤਾਰੀਖੀ ਅਤੇ ਇਤਿਹਾਸਕ ਪਿੰਡ ਹੈ ਜਿੱਥੇ ਉਦਾਸੀ ਪੰਥ ਦੇ ਮਸ਼ਹੂਰ ਫਕੀਰ ਸਾਧੂ ਬਾਬਾ ਭੁੰਮਣ ਸ਼ਾਹ ਦਾ ਡੇਰਾ ਹੈ, ਜਿਹੜਾ ਕਿ ਗੁਰਦੁਆਰਾ ਭੁੰਮਣ ਸ਼ਾਹ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਹਨਾਂ ਬਜ਼ੁਰਗਾਂ ਦਾ ਤਾਲੁਕ ਕੰਬੋਹ ਕਬੀਲੇ ਨਾਲ ਸੀ। ਇਹ ਕਬੀਲਾ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਆਬਾਦ ਸੀ ਅਤੇ ਚੂਣੀਆਂ, ਪੱਤੋਕੀ, ਦੀਪਾਲਪੁਰ ਅਤੇ ਪਾਕਪਤਨ ਦੇ ਲਾਗੇ ਲਾਗੇ ਕਈ ਪਿੰਡ ਇਸ ਕਬੀਲੇ ਦੇ ਸਨ। ਭੁੰਮਣ ਸ਼ਾਹ ਦੇ ਆਲ ਦੁਆਲੇ ਵੀ ਬਹਿਲੋਲਪੁਰ, ਮਨਚਰੀਆਂ, ਅਮਲੀ ਮੋਤੀ, ਖੋਤੀਪੁਰ, ਦੇਵਾ ਸਿੰਘ, ਸੰਤੋਖ, ਫੁੱਲਰਵਨ ਕੰਬੋ, ਲਾਲਿਆਂ ਆਲਾ ਅਤੇ ਤੁੱਲਾ ਕੰਬੋ ਇਸ ਕਬੀਲੇ ਦੇ ਮਸ਼ਹੂਰ ਪਿੰਡ ਸਨ। ਬਾਬਾ ਭੁੰਮਣ ਸ਼ਾਹ ਦਾ ਜਨਮ 14 ਅਪ੍ਰੈਲ 1687 ਨੂੰ ਦੀਪਾਲਪੁਰ ਲਾਗੇ ਪਿੰਡ ਬਹਿਲੋਲਪੁਰ ਵਿੱਚ ਹੋਇਆ। ਉਦਾਸੀ ਪੰਥ ਦੇ ਮੰਨਣ ਵਾਲਿਆਂ ਮੁਤਾਬਕ ਸਿੱਖ ਮਜ਼ਹਬ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਾਹਿਬ ਨੇ ਸੁਫਨੇ ਵਿੱਚ ਆ ਕੇ ਬਾਬਾ ਭੁੰਮਣ ਸ਼ਾਹ ਨੂੰ ਮੌਜੂਦਾ ਡੇਰੇ ਵਾਲੀ ਥਾਂ 'ਤੇ ਆਬਾਦ ਹੋਣ ਅਤੇ ਲੰਗਰ ਜਾਰੀ ਕਰਨ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਬਾਬਾ ਭੁੰਮਣ ਸ਼ਾਹ ਨੇ ਕੁਤਬਕੋਟ ਵਿੱਚ ਡੇਰੇ ਲਾ ਲਏ, ਜਿਹੜਾ ਬਾਅਦ ਵਿੱਚ ਉਹਨਾਂ ਦੇ ਨਾਂ ਨਾਲ ਡੇਰਾ ਬਾਬਾ ਭੁੰਮਣ ਸ਼ਾਹ ਦੇ ਨਾਂ ਤੋਂ ਜਾਣਿਆ ਜਾਣ ਲੱਗ ਪਿਆ। ਕਿਹਾ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਚੌਧਰੀ ਲੱਖਾ ਵੱਟੂ ਨਾਂ ਦਾ ਮਸ਼ਹੂਰ ਮੁਸਲਮਾਨ ਰਾਜਪੂਤ ਜਾਗੀਰਦਾਰ ਸੀ, ਜਿਹਨੂੰ ਉਸ ਵੇਲੇ ਦੀ ਸਰਕਾਰ ਨੇ ਕੈਦ ਕੀਤਾ ਹੋਇਆ ਸੀ ਅਤੇ ਡਰ ਇਸ ਗੱਲ ਦਾ ਸੀ ਕਿ ਕਿਤੇ ਉਹਨੂੰ ਸਜ਼ਾਏ ਮੌਤ ਨਾ ਦੇ ਦਿੱਤੀ ਜਾਏ। ਲੱਖੇ ਵੱਟੂ ਦੀ ਮਾਂ ਸਾਧੂ ਫਕੀਰ ਬਾਬਾ ਭੁੰਮਣ ਸ਼ਾਹ ਕੋਲ ਆਈ ਅਤੇ ਦੁਆ ਕਰਨ ਦਾ ਆਖਿਆ, ਜਿਸ ਤੋਂ ਦੂਜੇ ਦਿਨ ਲੱਖਾ ਵੱਟੂ ਜੇਲ੍ਹ ਤੋਂ ਛੁੱਟ ਗਿਆ। ਇਸ ਕਰਕੇ ਉਸ ਦੀ ਮਾਂ ਨੇ ਵੱਡੀ ਜਾਗੀਰ ਬਾਬੇ ਹੋਰਾਂ ਦੇ ਨਾਂ ਕਰ ਦਿੱਤੀ। ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬਾ ਭੁੰਮਣ ਸ਼ਾਹ ਦੇ ਮੰਨਣ ਵਾਲਿਆਂ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਸਭੇ ਸ਼ਾਮਲ ਸਨ। ਇਸ ਥਾਂ 'ਤੇ 12 ਮਹੀਨੇ 30 ਦਿਨ ਲੰਗਰ ਚੱਲਦਾ ਰਹਿੰਦਾ ਸੀ ਅਤੇ ਇਹ ਸਿਲਸਿਲਾ 1947 ਤਾਈਂ ਜਾਰੀ ਰਿਹਾ। ਵੰਡ ਮਗਰੋਂ ਕੰਬੋਹ ਕਬੀਲਾ ਹਿਜਰਤ ਕਰਕੇ ਜ਼ਿਲ੍ਹਾ ਸਰਸਾ, ਫਤਿਹਾਬਾਦ ਅਤੇ ਫਿਰੋਜ਼ਪੁਰ ਦੇ ਵੱਖੋ ਵੱਖ ਹਿੱਸਿਆਂ ਵਿੱਚ ਆਬਾਦ ਹੋ ਗਿਆ। ਜ਼ਿਲ੍ਹਾ ਸਰਸਾ ਦੇ ਪਿੰਡ ਸੰਘਰ ਵਿੱਚ ਨਵੇਂ ਸਿਰੇ ਤੋਂ ਡੇਰਾ ਬਾਬਾ ਭੁੰਮਣ ਸ਼ਾਹ ਆਬਾਦ ਕੀਤਾ ਗਿਆ, ਜਿਹੜਾ ਉੱਥੇ ਅੱਜ ਵੀ ਕਾਇਮ ਹੈ। ਪਿੰਡ ਭੁੰਮਣ ਸ਼ਾਹ ਅਤੇ ਇਹਦੇ ਪੁਰਾਣੇ ਵਸਨੀਕਾਂ ਬਾਰੇ ਜਾਣਨ ਲਈ ਅਸੀਂ ਇੱਥੋਂ ਦੇ ਰਹਿਣ ਵਾਲੇ 92 ਵਰ੍ਹਿਆਂ ਦੇ ਬਜ਼ੁਰਗ ਬਾਬਾ ਨਜ਼ਰ ਮੁਹੰਮਦ ਨਾਲ ਵੇਰਵੇ ਨਾਲ ਗੱਲਬਾਤ ਕੀਤੀ ਹੈ ਅਤੇ ਲਓ ਫਿਰ ਵੇਖੋ
ਡੇਰਾ ਬਾਬਾ ਭੁੰਮਣ ਸ਼ਾਹ ਦੇ ਨਜ਼ਾਰੇ ਤੇ ਸੁਣੋ ਬਾਬੇ ਦੀਆਂ ਜਾਣਕਾਰੀ ਭਰੀਆਂ ਗੱਲਾਂ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ। ਔਰ ਹਜ਼ਾਰਾਂ ਫਰਮਾਇਸ਼ਾਂ ਆਈਆਂ ਜੀ ਸਾਨੂੰ ਕਿ ਸਾਨੂੰ ਭੁੰਮਣ ਸ਼ਾਹ ਵਿਖਾਓ, ਸਾਨੂੰ ਭੁੰਮਣ ਸ਼ਾਹ ਦੀ ਗੱਲਬਾਤ ਸੁਣਾਓ। ਭੁੰਮਣ ਸ਼ਾਹ ਇੱਕ ਕਸਬਾ ਹੈ ਜੀ, ਤਹਿਸੀਲ ਦੀਪਾਲਪੁਰ ਹੈ, ਜ਼ਿਲ੍ਹਾ ਉਕਾੜਾ ਹੈ। ਪਹਿਲੇ ਇਹਦਾ ਜ਼ਿਲ੍ਹਾ ਮਿੰਟ ਕੁਮਰੀ ਹੁੰਦਾ ਸੀ, ਜਿਹਨੂੰ ਹੁਣ ਸਾਹੀਵਾਲ ਕਹਿੰਦੇ ਨੇ। ਇਹ ਕਸਬਾ, ਇਹਦੀ ਤਾਰੀਖ ਕੀ ਹੈ? ਇੱਥੇ ਜਿਹੜੇ ਮਹਿਲ ਮੁਨਾਰੇ ਨੇ, ਜਿਹੜਾ ਇੱਥੇ ਗੁਰਦੁਆਰਾ ਹੈ ਵੱਡਾ ਸਾਰਾ, ਅੱਜ ਵੀ ਕਾਇਮ ਦਾਇਮ ਹੈ, ਉਹਦੀ ਕੀ ਤਾਰੀਖ ਹੈ? ਇਸ ਹਵਾਲੇ ਨਾਲ ਗੱਲਬਾਤ ਕਰਨ ਪਰੋਂ ਅੱਜ ਅਸੀਂ ਇਸ ਪਿੰਡ ਵਿੱਚ ਆਏ ਹਾਂ ਅਤੇ ਇੱਥੇ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰਨੀ ਆ। ਬਾਬਾ ਜੀ, ਤੁਹਾਡਾ ਨਾਂ ਕੀ ਹੈ? ਨਜ਼ਰ ਮੁਹੰਮਦ। ਬਾਬਾ ਜੀ, ਨਜ਼ਰ ਮੁਹੰਮਦ, ਤੁਹਾਡੀ ਉਮਰ ਇਸ ਵੇਲੇ ਕਿੰਨੀ ਹੋ ਗਈ? 90 ਸਾਲ 92 ਸਾਲ 90-92 ਸਾਲ। ਜਿਸਲੇ ਪਾਕਿਸਤਾਨ ਬਣਿਆ ਤੁਸੀਂ 20-22 ਸਾਲਾਂ ਦੇ ਹੈ ਸੀ? ਹਾਂ। ਅੱਛਾ ਬਾਬਾ ਜੀ, ਇਹ ਜਿਹੜਾ ਕਸਬਾ ਭੁੰਮਣ ਸ਼ਾਹ ਜਿੱਥੇ ਆਪਾਂ ਬੈਠੇ ਹਾਂ, ਵੱਡਾ ਪਿੰਡ ਹੈ, ਇਹ ਹੈਗਾ ਹੈ ਹਵੇਲੀ ਲੱਖਾ ਵਸਾਵੇ ਵਾਲਾ ਦੀਪਾਲਪੁਰ ਰੋਡ ਦੇ ਉੱਤੇ। ਇਹਦੇ ਆਲੇ ਦੁਆਲੇ ਦੇ ਕਿਹੜੇ ਕਿਹੜੇ ਪਿੰਡ ਨੇ? ਵਸਾਵਾ ਹੈ, ਮੀਰ ਮਨਜ਼ੂਰ ਦਾ। ਅੱਛਾ ਜੀ, ਇੱਧਰ ਲਾਧੂ ਕੇ, ਇੱਧਰ ਰਜ਼ਾ ਖਾਂ ਹੈ, ਠੀਕ ਹੈ, ਇੱਧੇ ਪਠਾਨ ਹੈ। ਅੱਛਾ, ਠੀਕ ਹੈ, ਫਰੀਦਪੁਰ। ਅਤੇ ਬਾਬੇ, ਉਹ ਦੱਸੋ ਇੱਥੇ ਪਾਕਿਸਤਾਨ ਬਣਨ ਤੋਂ ਪਹਿਲੇ ਕਿਹੜੀ ਕਿਹੜੀ ਬਰਾਦਰੀਆਂ ਰਹਿੰਦੀਆਂ ਸੀ? ਕੰਬੋ ਕੰਬੋ ਸੀ, ਗੁਰਾਏ, ਨਾਈ। ਅੱਛਾ, ਅੱਧੇ ਮੁਸਲਮਾਨ ਹੈਗੇ ਸਨ, ਅੱਧੇ ਹਿੰਦੂ ਸਨ। ਅੱਛਾ, ਇਹ ਜਿਹੜੇ ਕੰਬੋ ਬੈਠੇ ਸੀ, ਕੰਬੋ ਹਿੰਦੂ ਬਰਾਦਰੀ ਸੀ? ਹਿੰਦੂ ਬਰਾਦਰੀ। ਇਹਨਾਂ 'ਚ ਕੋਈ ਸਿੱਖ ਵੀ ਹੈ ਸਨ? ਸਿੱਖ ਨਹੀਂ। ਅੱਛਾ, ਸਿੱਖਾਂ ਨੂੰ, ਸਿੱਖਾਂ ਦੇ ਵੈਰ ਵੀ ਹੋਇਆ ਸੀ ਇਹਨਾਂ ਦਾ, ਅਤੇ ਸਿੱਖਾਂ ਦਾ ਆਪਸ ਵੈਰ ਸੀ? ਵੈਰ ਸੀ। ਕਿਹੜਿਆਂ ਸਿੱਖਾਂ ਨਾਲ? ਇਹ ਗੁਰੂ ਨਾਨਕ ਵਾਲਿਆਂ ਨਾਲ। ਅੱਛਾ 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 ਅੱਛਾ, ਇਹਨਾਂ ਦੀ ਕੋਈ ਆਪਸ 'ਚ ਲੜਾਈ ਵਗੈਰਾ ਵੀ ਹੁੰਦੀ ਸੀ? ਹਾਂ, ਕੇਸ ਕੀਤੀ ਰੱਖਿਆ ਇਹਨੇ। ਕੇਸ ਕੀਤੀ ਰੱਖਿਆ? ਕਾਹਦਾ ਕੇਸ ਸੀ? ਸਿੱਖਾਂ ਆਖਿਆ ਵੀ ਸਾਡਾ ਹੈ ਗੁਰਦੁਆਰਾ ਭੁੰਮਣ ਸ਼ਾਹ। ਮੰਤ ਆਖਿਆ ਵੀ ਸਾਡਾ ਹੈ। ਮੰਤ ਕੌਣ ਸੀ? ਮੰਤ ਗਰਦਾਰੀ ਦਾਸ। ਇਹਦਾ ਪੂਰਾ ਨਾਂ ਕੀ ਸੀ? ਇਹ ਗੁਰਦੁਆਰਾ ਬਣਵਾਇਆ ਕਿੰਨੇ ਸੀ? ਇਹ ਬਣਵਾਇਆ ਮੁਰੀਦਾਂ ਨੇ ਬਣਵਾਇਆ। ਮੁਰੀਦਾਂ ਨੇ? ਕਿੰਨੇ ਮੁਰੀਦ ਸੀ, ਕਿੰਨੇ ਮੰਨਣ ਵਾਲੇ ਸੀ ਉਹ? ਉਦਾਸੀ ਫਿਰਕਾ ਸੀ। ਅੱਛਾ, ਇਹਨਾਂ ਦਾ ਵਡਕਾ ਕਿਹੜਾ ਸੀ? ਇੱਥੋਂ ਦਾ ਚੌਧਰੀ ਕਿਹੜਾ ਸੀ? ਚੌਧਰੀ ਮੰਤੀਆ, ਗਰਦਾਰੀ ਦਾਸ। ਗਰਦਾਰੀ ਦਾਸ, ਮੰਤ ਗਰਦਾਰੀ ਦਾਸ। ਇਹ ਜਿਹੜਾ ਗੁਰਦੁਆਰਾ ਹੈ, ਇਹਨਾਂ ਵੀ ਉਹ ਹੀ ਸੰਭਾਲਣ ਵਾਲਾ ਸੀ? ਹਾਂ। ਅੱਛਾ, ਲੰਗਰ ਚੱਲਦਾ ਸੀ? ਲੰਗਰ ਵੀ ਚੱਲਦਾ ਸੀ, 12 ਮਣ ਦਾਣੇ ਪੀਸਦੇ ਆਏ। 12 ਮਣ ਦਾਣੇ ਪੀਸਦੇ ਸਨ? ਉਹ ਕਿੰਨਾ ਕੁ ਦਿਨ ਨਿਕਲ ਜਾਂਦੇ ਸੀ 12 ਮਣ? ਰੋਜ਼ ਦੇ 12 ਮਣ? ਇੰਨੀ ਇੱਥੇ ਆਵਾਮ ਆਉਂਦੀ ਸੀ, ਪਬਲਿਕ ਆਉਂਦੀ ਸੀ? ਹਾਂ ਜੀ। ਅੱਛਾ 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 ਅੱਛਾ, ਇਹਨਾਂ ਦਾ ਕੇਸ ਫਿਰ ਕਿੰਨਾ ਨਾਲ ਚੱਲਦਾ ਸੀ? ਸਿੱਖਾਂ ਨਾਲ? ਸਿੱਖਾਂ ਨਾਲ ਚੱਲਦਾ ਰਿਹਾ, ਫਿਰ ਇਹ ਜਿੱਤ ਗਿਆ। ਇਹ ਜਿੱਤ ਗਿਆ ਸੀ? ਇਹ ਜਿੱਤ ਗਿਆ। ਸਿੱਖ ਕੀ ਕਹਿੰਦੇ ਸੀ ਵੀ ਇਹ ਸਾਡੇ ਹਵਾਲੇ ਕੀਤਾ ਜਾਏ? ਹਾਂ। ਅੱਛਾ, ਗੁਰੂ ਨਾਨਕ ਦੇ ਜਿਹੜੇ ਮੰਨਣ ਵਾਲੇ ਨੇ, ਹਾਂ, ਉਹ ਕਹਿੰਦੇ ਸੀ ਵੀ ਸਾਡੇ ਹਵਾਲੇ ਕੀਤਾ ਜਾਏ? ਹਾਂ ਜੀ, ਉਹ ਕਹਿੰਦੇ ਸੀ ਵੀ ਸਾਡਾ ਹੈ, ਬਈ ਸਾਡਾ। ਹਿੰਦੂ ਬਿਰਾਦਰੀ ਗਈ ਅਦਾਲਤ ਵਿੱਚ। ਅੱਛਾ, ਉਹਨਾਂ ਕਹਿੰਦੇ ਸਾਡਾ ਪੀਰ ਹੈ, ਸਾਡਾ ਪੀਰ ਹੈ।
ਇਹ ਭੁੰਮਣ ਸ਼ਾਹ ਕੌਣ ਸੀ? ਭੁੰਮਣ ਸ਼ਾਹ ਕੌਣ ਸੀ? ਕੌਮ ਕੌਮ ਦਾ ਪੱਧੂ ਆ, ਪੱਧੂ ਬਹਿਲੋਲਪੁਰ ਦਾ ਰਹਿਣ ਵਾਲਾ, ਬਹਿਲੋਲਪੁਰ ਦਾ ਰਹਿਣ ਵਾਲਾ ਕੌਮ ਦਾ ਪੱਧੂ ਆ। ਬੱਚੇ ਕੱਟੇ ਚਰਾਉਂਦਾ ਸੀ ਬੁਰਜੇ ਚ। ਅੱਛਾ, ਬੁਰਜੇ ਵਾਲੀ ਥਾਂ ਦੇ? ਠੀਕ ਹੈ, ਰੌਜ਼ਲ ਦੇ ਪਿੰਡ। ਠੀਕ ਹੈ, ਜਿਸ ਵੇਲੇ ਉੱਥੇ ਚਰਾਉਂਦਾ ਸੀ ਤੇ ਮਾਂ ਦੋ ਰੋਟੀਆਂ ਦੇ ਜਾਂਦੀ ਹੈ। ਮਾਂ ਦੋ ਰੋਟੀਆਂ ਦੇ ਜਾਂਦੀ ਸੀ? ਠੀਕ ਹੈ, ਇੱਕ ਰੋਟੀ ਖਾ ਲੈਂਦਾ, ਇੱਕ ਰੋਟੀ ਰੱਖ ਲੈਂਦਾ। ਠੀਕ ਹੈ, ਮਾਂ ਆਖਣ ਲੱਗੀ ਇੱਕ ਰੋਟੀ ਮੇਰੇ ਪੁੱਤਰ ਨੂੰ ਚੰਗੀ ਹੈ। ਅੱਛਾ, ਉਹ ਫਿਰ ਅੱਧੀ ਰੋਟੀ ਖਾ ਲੈਂਦਾ ਤੇ ਅੱਧੀ ਰੋਟੀ ਰੱਖ। ਠੀਕ ਹੈ, ਰਾਈਆਂ ਮੁਸਾਫਰਾਂ ਨੂੰ ਦੇ ਛੱਡਦਾ। ਅੱਛਾ, ਬਾਬਾ ਸਾਹਿਬ ਦਾ ਮੁਰੀਦ ਹੈਗਾ ਸੀ। ਕਿੰਨਾ ਮੁਰੀਦ ਸੀ? ਬਾਬਾ ਸਾਹਿਬ ਦਾ। ਅੱਛਾ, ਇਹਨੂੰ ਮਾਂ ਦੋ ਰੋਟੀਆਂ ਦੇ ਜਾਂਦੀ ਸੀ, ਇੱਕ ਇੱਕ ਖਾਂਦਾ ਸੀ ਅਤੇ ਇੱਕ ਰਾਈਆਂ ਨੂੰ ਦੇ ਦਿੰਦਾ ਸੀ ਜਿਹੜੇ ਮੁਸਾਫਰ ਲੰਘਦੇ ਸੀ। ਅੱਛਾ 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 ਅੱਛਾ, ਫਿਰ ਮਾਂ ਇੱਕ ਰੋਟੀ ਦੇ ਗਈ, ਫਿਰ ਇੱਕ ਦੇ ਗਈ ਵੀ ਇੱਕ ਤਾਂ ਵੰਡ ਦਿੰਦਾ, ਇਹਨੂੰ ਇੱਕ ਹੀ ਦਿਆਂ ਮੈਂ, ਇੱਕ ਹੀ ਦਿਆਂ। ਅੱਛਾ, ਉਹ ਅੱਧੀ ਰੋਟੀ ਰੱਖ ਲਵੇ ਅਤੇ ਅੱਧੀ ਰੋਟੀ ਦੇ ਦੇਵੇ, ਅੱਧੀ ਰੋਟੀ ਰਾਈਆਂ ਪਾਉਂਦੀਆਂ ਦੇ ਦੇਵੇ। ਅੱਛਾ, ਮਾਲ ਡੰਗਰ ਚਰਾਉਂਦਾ ਚਰਾਉਂਦਾ ਇਹ ਕੰਮ ਉਹ ਕਰਦਾ ਹੁੰਦਾ ਸੀ। ਬਸ ਇੱਕ ਦਿਨ ਸੁੱਤਾ ਵੀ ਆ ਅਤੇ ਕਣਕ ਚਰ ਗਏ ਬੱਚੇ ਕੱਟੇ, ਹਾਂ ਉਹਨਾਂ ਜਾ ਕੇ ਸ਼ਿਕਾਇਤ ਕੀਤੀ ਇਹਨੇ ਪਿਓ ਕੋਲ। ਠੀਕ ਹੈ, ਪਿਓ ਨੂੰ ਸੱਦਿਆ, ਹੋ ਸਕਦਾ ਵੀ ਚੱਲ ਵੀ ਖਾਓ ਕਿਹੜਾ ਹੈ, ਅੱਗੇ ਦੂਣੀ ਖੜੀ ਹੈ, ਅੱਗੇ ਨੂੰ ਦੂਣੀ ਖੜੀ ਕਣਕ ਦੂਣੀ ਖੜੀ। ਅੱਛਾ, ਉੱਥੋਂ ਫਿਰ ਪੰਜ ਪੀੜ ਲੱਗੇ ਕੋਈ ਫਕੀਰ ਲੋਕ, ਉਹਨਾਂ ਆਖਿਆ ਬੇਟਾ ਦੁੱਧ ਪੀਵਾ, ਉਹਨੂੰ ਭੁੰਮਣ ਸ਼ਾਹ ਨੂੰ ਆਖਿਆ। ਹਾਂ ਠੀਕ ਹੈ, ਉਸ ਆਖਿਆ ਮੇਰੇ ਕੋਲ ਤਾਂ ਬੱਚੇ ਕੱਟੇ ਹਨ, ਮੇਰੇ ਕੋਲ ਤਾਂ ਬੱਚੇ ਕੱਟੇ ਨੇ। ਠੀਕ ਹੈ, ਉਹਨਾਂ ਫਿਰ ਦੁੱਧ ਜੋ ਆ ਮਾਦਾ ਵਿੱਚੋਂ। ਅੱਛਾ, ਦੁੱਧ ਪੀਤਾ, ਉਹਨਾਂ ਆਖਿਆ ਵੀ ਜਾ ਤੇਰੀ ਭੁੰਮਣ ਸ਼ਾਹ ਪਠਾਨਕੋਟ ਤੇਰੀ ਜਗ੍ਹਾ ਹੈ, ਉਹਨਾਂ ਦਰਵੇਸ਼ਾਂ ਆਖਿਆ, ਦਰਵੇਸ਼ਾਂ ਆਖਿਆ। ਉਹ ਮੁੜ ਉੱਥੇ ਆਇਆ, ਉੱਥੇ ਆਇਆ ਜਿੱਥੇ ਮੰਜਾ ਹੈ, ਇੱਥੇ ਡੇਰਾ ਲਾ ਲਿਆ, ਇੱਥੇ ਡੇਰਾ ਲਾ ਲਿਆ। ਮਾਈ ਲੱਖੇ ਕੀ ਵੱਟੂ ਆਈ, ਠੀਕ ਹੈ, ਲੱਖੇ ਕੀ ਲੱਖੇ ਹਵੇਲੀ। ਅੱਛਾ, ਹਵੇਲੀ ਆਇਆ, ਹਾਂ ਉਸਦੇ ਪੁੱਤਰ ਕਤਲ ਵਿੱਚ ਫਸਿਆ ਹੋਇਆ, ਉਹਨਾਂ ਆਖਿਆ ਗੱਲ ਹੈ ਪੀਰਾ ਫਕੀਰ ਸਾਈਂ, ਮੇਰਾ ਪੁੱਤਰ ਆ ਜਾਵੇ। ਠੀਕ ਹੈ, ਤੇ ਮੈਂ ਤੈਨੂੰ ਕੁਛ ਦੱਸਾਂ ਬਈ, ਮੈਂ ਤੇਰੀ ਕੋਈ ਖਿਦਮਤ ਸੇਵਾ ਕਰਾਂਗੀ। ਉਹਨੇ ਉਹ ਦੂਈ ਦੁਆਰ ਆ ਗਿਆ, ਬਰੀ ਹੋ ਗਿਆ, ਬਰੀ ਹੋ ਗਿਆ। ਅੱਛਾ, ਉਸ ਜਗ੍ਹਾ ਫਕੀਰ ਨੇ ਮੈਨੂੰ ਕੱਢਿਆ ਬਾਹਰ ਤੋਂ ਫੜ ਕੇ ਜੇਲ੍ਹ ਵਿੱਚੋਂ। ਅੱਛਾ, ਉਹ ਪੁੱਤਰ ਆਖਣ ਲੱਗੀ, ਮਾਂ ਆਖਣ ਲੱਗੀ, ਚੱਲ ਵੀ ਖਾ ਖਾ ਬੋਲਾ, ਆਖੇ ਇਹ ਹੈ। ਉਹਨੇ ਮੁੰਡੇ ਨੇ ਕਿਹਾ ਵੀ ਆਹ ਫਕੀਰ ਸੀ ਜਿਹਨੇ ਮੈਨੂੰ ਜੇਲ੍ਹੋਂ ਕੱਢਿਆ, ਜੇਲ੍ਹੋਂ ਕੱਢਿਆ। ਠੀਕ ਹੈ, ਅੱਛਾ ਅੱਛਾ ਠੀਕ, ਜੇਲ੍ਹੋਂ ਕੱਢਿਆ। ਉਹਨੂੰ ਮੁੜ ਉਹ ਜ਼ਮੀਨ ਦੇ ਚਲੀ ਗਈ, ਉਹ ਜ਼ਮੀਨ ਦੇ ਗਈ, ਜ਼ਮੀਨ ਪਿੰਡ ਹੀ ਪਿੰਡ ਹੀ ਦੇ ਗਈ। ਅੱਛਾ, ਇਹ ਜਿਹੜਾ ਭੁੰਮਣ ਸ਼ਾਹ ਦਾ ਪੂਰਾ ਪਿੰਡ ਇਹਦਾ ਰਕਬਾ ਜਿਹੜਾ ਸਾਰਾ ਫਿਰ ਉਹ ਭੁੰਮਣ ਸ਼ਾਹ ਦੇ ਨਾਂ ਲਾ ਗਈ। ਉਸ ਵੇਲੇ ਕਬਜ਼ਾ ਵੱਡੀ ਚੀਜ਼ ਹੈ, ਕਬਜ਼ਾ ਹੀ ਬਸ ਸਾਰਾ ਕੁਛ ਹੁੰਦਾ ਸੀ, ਕਾਗਜ਼ ਪੱਤਰ ਤਾਂ ਉਦੋਂ ਬਣਦੇ ਕੋਈ ਨਹੀਂ ਸਨ। ਉਹ ਜਿਹੜੀ ਮਾਈ ਇੱਥੋਂ ਦੀ ਰਾਟ ਸੀ ਉਹਨੇ ਆਖਿਆ ਵੀ ਠੀਕ ਹੈ, ਇਹ ਪਿੰਡ ਹੀ ਤੇਰਾ, ਇਹ ਪਿੰਡ ਹੀ ਤੇਰਾ। ਲੱਖੇ ਕੀ ਆਈ? ਅੱਛਾ, ਵਟੂਆਂ ਦੀ। ਠੀਕ ਹੈ, ਹਵੇਲੀ ਲੱਖਾਂ ਵਾਲੇ ਜਿਹੜੇ ਵੱਟੂ ਨੇ ਵਸਾਵੇ ਵਾਲੇ, ਇਹਨਾਂ ਦੀ ਮਾਈ ਸੀ ਉਹ, ਵਸਾਵੇ ਵਾਲੇ ਨੇ ਹੀ ਮਾਜੇ ਰਹਿਣ।
अच्छा 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 ओ माई केड़ियां वटुआ चो सी ओ लखे के वटू है ओ किथे बैठे ने हवेली ओ भी हवेली बैठे ने ठीक है ठीक है ठीक है ठीक है ओ मुड़ मंजा आए थे हाँ लो ते कड़छी अच्छा बिचू निकली हाँ मुड़ लंगर शुरू कर देता लंगर शुरू कर देता आबियाना माफ सी अच्छा मैंने आख्या भी जिनी गोली बजावनी बजा ले ओनू आख्या भूमन शाह नू हाँ गोली बढ़ बढ़ते साढ़े चार हजार कमा रकबा अच्छा साढ़े चार हजार कमा रकबा ओनू मिल गया फिर बाद च हाँ ठीक है अच्छा ये फिर इन्हें लंगर इत्थे चलता रहा लंगर चलता रहा लंगर आस्ते तुसी कहंदे हो भी इन्ने दाने पीसदे सन बारह मन तुसी दसदे पे हो ये दाने इन्हां ही जमीनां दे हुंदे सी या बाहरों भी लोग आके दे जांदे सी एक पिंड नहीं आ हाँ संदोख दास दर्शन अच्छा माल बुबड़ अच्छा किली हाँ कई पिंड सन संदोख दास अच्छा कई पिंड सन कई पिंड सन मुड़ जेड़ा चेले होंदे सन हिंदू लोग पुत्र मनता ही दे जांदे मन्नत मन्नण वाले जेड़ा काबल होंदा सी ओनू तख्त ते बांधदे पुत्र जेड़े सी लोग पुत्र भी अपने दे जांदे सी इत्थे हाँ कंबो कंबो जेड़ी बरादरी सी इत्थे आले दुआले दे पिंडां दे विच बहलोलपुर हो गया मनशा हो गया ये सारे कंबो बरादरी दे पिंड सन हाँ कंबो तुला कंबो हाँ मोती कंबो आदि हाँ माड़ी भी कंबो आदि माड़ी कंबो आदि अच्छा 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 खोतीपुर भी कंबो आदा खोतीपुर भी कंबो आदा है अच्छा ते भूमन शाह दे मनन वाले जेड़े सी सिर्फ हिंदू बरादरी दे लोग सी सिख सी या मुसलमान भी सी विच मुसलमान भी है मनन वाले अच्छा मुसलमान भी मनन वाले ठीक है मुसलमान भी मनदे आए हिंदू भी मनदे उस बंदे नू उस बंदे बाबा जी एक गल साबित हुंदी है कि वो बंदा जिथों चढ़िया है ना जिथों दी रब ने चढ़ाई है कि वो देण वाला सी सखी सी दिल दा ਜਿਵੇਂ ਤੁਸੀਂ ਦੱਸਿਆ ਨਾ ਵੀ ਇੱਕ ਰੋਟੀ ਰੱਖ ਕੇ ਇੱਕ ਲੋਕਾਂ ਨੂੰ ਰਾਹੀਆਂ ਪਾਉਂਦੀਆਂ ਨੂੰ ਖਵਾ ਦਿੰਦਾ ਸੀ ਅੱਲਾ ਦੀ ਮਖਲੂਕ ਨਾਲ ਜਿਹੜਾ ਬੰਦਾ ਵੀ ਮੁਹੱਬਤ ਕਰੇਗਾ ਪਿਆਰ ਕਰੇਗਾ ਅੱਲਾ ਉਹਦਾ ਨਾਂ ਜ਼ਿੰਦਾ ਕਰ ਦੇਗਾ ਜ਼ਿੰਦਾ ਇਹ ਬਿਲਕੁਲ ਜਿਹੜੀ ਗੱਲ ਸਾਡੀ ਮੇਰੀ ਸਮਝ 'ਚ ਧੋਣ 'ਚ ਤੱਕ ਆਈ ਹੈ ਨਾ ਉਹ ਇਹ ਤੁਸੀਂ ਦੱਸਿਆ ਵੀ ਉਹ ਨਿੱਕਾ ਹੁੰਦਾ ਢੋਰ ਡੰਗਰ ਚਰਾਉਂਦਾ ਸੀ ਔਰ ਢੋਰ ਡੰਗਰ ਚਰਾਉਂਦਿਆਂ ਪਿਆ ਜਦੋਂ ਮਾਂ ਮਗਰ ਰੋਟੀ ਦੇ ਕੇ ਜਾਂਦੀ ਸੀ ਅਤੇ ਅੱਧੀ ਰੋਟੀ ਖਾ ਕੇ ਅਤੇ ਇੱਕ ਜਿਹੜੀ ਹੈ ਇੱਕ ਖਾ ਕੇ ਇੱਕ ਵੰਡ ਦਿੰਦਾ ਸੀ ਫਿਰ ਮਾਂ ਨੇ ਇੱਕ ਰੋਟੀ ਦੇਣੀ ਸ਼ੁਰੂ ਕੀਤੀ ਫਿਰ ਉਹਨੇ ਅੱਧੀ ਖਾ ਕੇ ਅੱਧੀ ਰਾਹੀਆਂ ਪਾਉਂਦੀਆਂ ਨੂੰ ਖਵਾ ਦੇਣੀ ਇਹ ਗੱਲ ਹੈ ਨਾ ਸਖੀ ਸਖੀ ਸੀ ਦਿਲ ਦਾ ਔਰ ਸ਼ੂਮ ਜਿਹੜਾ ਬੰਦਾ ਨਾ ਸ਼ੂਮ ਉਹ ਰੱਬ ਨੂੰ ਚੰਗਾ ਨਹੀਂ ਲੱਗਦਾ ਅਤੇ ਜਿਹੜਾ ਉਹਦੀ ਮਖਲੂਕ ਦੀ ਕਿਸੇ ਵੀ ਹਵਾਲੇ ਨਾਲ ਖਿਦਮਤ ਕਰਦਾ ਦੋ ਖਜ਼ਾਨੇ ਨੇ ਜੀ ਹਾਂ ਇੱਕ ਰੂਨ ਦਾ ਖਜ਼ਾਨਾ ਹਾਂ ਇੱਕ ਉਸਮਾਨ ਗਨੀ ਦਾ ਖਜ਼ਾਨਾ ਠੀਕ ਹੈ ਉਸਮਾਨ ਗਨੀ ਦਾ ਖਜ਼ਾਨਾ ਆਵੇ ਹਾਂ ਸ਼ਾਮ ਨੂੰ ਵਿਹਲਾ ਹਾਂ ਸਵੇਰੇ ਫਿਰ ਜੁੜ ਗਿਆ ਫਿਰ ਜੁੜ ਜਾਂਦਾ ਅਤੇ ਜਿਹੜਾ ਕਰੋਨ ਦਾ ਖਜ਼ਾਨਾ ਹੈ ਹਾਂ ਸੱਤਰ ਉੱਠ ਚਾਬੀਆਂ ਦਾ ਲੱਦਿਆ ਹੋਇਆ ਬੋਏ 'ਚ ਗਰਕ ਜਾਂਦਾ ਬੋਏ ਦੇ ਵਿੱਚ ਗਰਕ ਜਾਂਦਾ ਹੈ ਬਿਲਕੁਲ ਇੰਝ ਹੀ ਗੱਲ ਹੈ ਇਹਦੀ ਕੋਈ ਸਮਾਧ ਜਾਂ ਇਹਦੀ ਕੋਈ ਕਬਰ ਵਗੈਰਾ ਇੱਥੇ ਹੈ ਕਬਰ ਕੋ ਲਾਸ਼ ਰੱਖੀ ਆਨੇ ਸੜੀ ਨਹੀਂ ਗਾਇਬ ਹੋ ਗਈ ਅੱਛਾ ਜਦੋਂ ਉਹਨੂੰ ਸਾੜਨ ਲੱਗੇ ਨੇ ਲਾਸ਼ ਗਾਇਬ ਹੋ ਗਈ ਲਾਸ਼ ਗਾਇਬ ਹੋ ਗਈ ਸੀ ਫਿਰ ਸਤੂਨ ਬਣਾਇਆ ਨੇ ਅੱਛਾ ਚੰਗੇ ਮਾਰ ਮਾਰ ਦਾ ਅੱਛਾ ਸਮਾਧ ਜਿਹਨੂੰ ਆਉਂਦੇ ਨੇ ਸਮਾਧ ਉਹਨੂੰ ਸਮਾਧ ਕਹਿੰਦੇ ਨੇ ਸਮਾਧੀ
फिर उनकी यादगार बना दी गई इत्थे। अच्छा 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 हुण इत्थे कई छोटिया छोटिया समाधां ने ये उन्होंने मंत्र जेड़े होंदे गए मंत्र जेड़े सारे उनदियां मूर्तियां पत्थर लगते निशानियां बना ठीक है दर्शन संदोख दास संदोख दास हरभजन दास हरभजन दास दर्शन भी सी कोई दर्शन अच्छा 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 इन्ना दे ते मुसलमाना दे आपस च तालुकात किस तरह दे सी सही है ठीक सी ठीक है अच्छा अच्छा फिर जो इत्थों उठे ने जिस वेले इत्थों उठे ने अमन पूरमन पूरमन उठ गए सन छे फौजी आए हाँ इन्हां दी हिफाजत वास्ते आए सी हाँ ਤਿੰਨਾਂ ਜ਼ਿਲ੍ਹਿਆਂ ਦਾ ਇੱਕ ਮੈਂਬਰ ਸੀ ਠੀਕ ਹੈ ਐਮ ਐਲ ਏ ਹਾਂ ਇਹਦੀ ਤਾਂ ਮੁੜ ਖਾਸ ਬੱਚੇ ਤਾਂ ਨਹੀਂ ਹੈ ਅੱਛਾ ਇਹ ਐਮ ਐਲ ਏ ਸੀ ਇੱਥੋਂ ਦਾ ਹਾਂ ਅੱਛਾ ਜੀ ਇਹ ਮਹਿਸੂਸ ਕੀਤਾ ਹਾਂ ਮੰਤ ਹੈਗਾ ਸੀ ਮੌਲਵੀ ਸਾਹਿਬ ਕੋਲ ਪੜ੍ਹਦਾ ਸੱਤ ਸਾਲ ਪੜ੍ਹਦਾ ਰਿਹਾ ਅੱਛਾ ਮੌਲਵੀ ਨੂਰਦੀਨ ਸਾਹਿਬ ਹਾਂ ਸੱਤ ਸਾਲ ਫਿਰ ਵਲੈਤ ਪੜ੍ਹਦਾ अच्छा फिर वलायत पढ़ता रहा वलायत पास थी ठीक है फिर जी उस लोड़ तोड़ पई है तो कुरान जी सी है थी लोड़ जबी जी का कड़ा अच्छा कुरान शरीफ अच्छा अक्सी शीशे नाल पढ़ रहा ओ कारी ਸਨਾਉਲਾ ਲੈ ਗਿਆ ਅੱਛਾ ਜਦੋਂ ਇਹ ਉਜਾੜਾ ਪਿਆ ਤੇ ਉਹਦੇ ਕੋਲ ਛੋਟਾ ਜਿਹਾ ਕੁਰਾਨ ਮਜੀਦ ਉਹਨੇ ਕੱਢ ਕੇ ਇੱਥੇ ਰੱਖ ਗਿਆ ਵਾਪਸ ਇੱਥੇ ਹੀ ਰੱਖ ਗਿਆ ਉਹ ਛੋਟੇ ਸ਼ੀਸ਼ੇ ਨਾਲ ਪੜਦਾ ਸੀ ਕੋਠੀ ਚ ਆਇਆ ਉਹਦੀ ਕੋਠੀ ਦੇ ਵਿੱਚੋਂ ਚ ਆਇਆ ਸੀ ਇਹਦਾ ਮਤਲਬ ਇਹ ਉਹਦੀ ਦਿਲਚਸਪੀ ਸਾਰੇ ਮਜ਼ਹਬਾਂ ਦੇ ਵਿੱਚ ਹੀ ਸੀ ਹਾਂ ਮੌਲਵੀ ਸਾਹਿਬ ਕੋਲੋਂ ਪੜ੍ਹਿਆ 7 ਸਾਲ ਫਿਰ ਬਾਹਰ ਵੀ ਪੜ੍ਹਨ ਗਿਆ ਫਾਰਸੀ ਖਾਨ ਸੀ ਮੌਲੀ ਨੂਰਦੀਨ ਸਾਹਿਬ ਅੱਛਾ ਫਰਿਸ਼ਤਾ ਆਦਮੀ ਹੈ ਹੋਰ ਕੋਈ ਬੰਦੇ ਕਿਹੜੇ ਕਿਹੜੇ ਸੀ ਇੱਕ ਰੂਪਚੰਦ ਦਾ ਮੁਖਤਿਆਰ ਰੂਪਚੰਦ ਸੀ ਰੂਪਚੰਦ ਹੋਰ ਕਿਰਾੜਾ ਕਿਰਾੜ ਸੀ ਠੀਕ ਹੈ ਬਣੀਆਂ ਇੱਕ ਦੀਵਾਨ ਗਣਪਤ ਠੀਕ ਹੈ ਗੋਕਲਦਾਸ ਇਹ ਗੁਲਾਬਦਾਸ ਦਾ ਪੋਤਰਾ ਹੈਗਾ ਗੁਲਾਬਦਾਸ ਦਾ ਪੋਤਰਾ ਸੀ ਗੋਕਲਦਾਸ ਇਹ ਇਨਾਮ ਹੀ ਦਿੱਤੀ ਗੋਕਲਦਾਸ ਨੂੰ ਅੱਛਾ ਗੁਲਾਬਦਾਸ ਨਾਲ ਪਿੰਡ ਗੋਕਲਦਾਸ ਨੂੰ ਇਨਾਮ ਵਿੱਚ ਇਹ ਭੋਏ ਕਿਹਨੇ ਦਿੱਤੀ ਸੀ ਮੰਤਾਂ ਨੇ ਮੰਤ ਜਿਹੜੇ ਨੇ ਉਹ ਇਹਦੇ ਜਿਹੜਾ ਇੱਥੇ ਬਣੀ ਹੈ ਬਿਲਡਿੰਗ ਮੰਦਰ ਜਿਹੜਾ ਜਾਂ ਗੁਰਦੁਆਰਾ ਇਹਦੇ ਵੱਡੇ ਹੁੰਦੇ ਸੀ ਮੁਨਸ਼ੀਆ ਮੁਖਤਿਆਰ ਆਮ ਅੱਛਾ ਇਹਦਾ ਸਰਬਰਾਹ ਕੌਣ ਸੀ ਸਰਬਰਾਹ ਮੰਤ ਗਰਦਾਰੀ ਦਾਸ ਆ ਸਾਡੇ ਜ਼ਮਾਨੇ ਮੰਤ ਗਰਦਾਰੀ ਦਾਸ ਕਬੀਨਾ ਹੈ ਮੁਨਸ਼ੀ ਮਸਦ ਅੱਛਾ ਇੱਥੇ ਕੋਈ ਮੇਲਾ ਮੂਲਾ ਵੀ ਲੱਗਦਾ ਹੁੰਦਾ ਸੀ ਉਦੋਂ ਦੀਵਾਲੀ ਪੋਹ ਦੀ ਤੇਰਵਾਂ ਹੁੰਦਾ ਅੱਛਾ ਤਿੰਨ ਚਾਰ ਦਿਨ ਦੇ ਅੱਛਾ ਜਿਵੇਂ ਬਾਬਾ ਸਾਹਿਬ ਮੇਲਾ ਲੱਗਦਾ ਇਵੇਂ ਮੇਲਾ ਲੱਗਦਾ ਅੱਛਾ 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 ਠੀਕ ਹੈ ਜਦੋਂ ਇੱਥੋਂ ਉਜੜੇ ਨੇ ਇਹ ਲੋਕ ਜਿਹੜੇ ਨੇ ਤੁਹਾਡੇ ਨਾਲ ਮਿਲ ਕੇ ਗਏ ਸੀ ਤੁਹਾਨੂੰ ਮਿਲੇ ਸੀ ਤੁਹਾਡਾ ਕੋਈ ਬੇਲੀ ਹੈ ਸੀ ਇਹਨਾਂ 'ਚ ਬੇਲੀ ਮਾਰ ਖੱਪ ਗਏ ਨਹੀਂ ਇਹਨਾਂ 'ਚ ਤੁਹਾਡਾ ਬੇਲੀ ਕਿਹੜਾ ਹੁੰਦਾ ਸੀ ਜਮਾਤ ਰਲ ਤੇ ਪੜ੍ਹਦੇ ਕਿਹੜੇ
ਸਤਨਾਮ ਹੁੰਦਾ। ਹਾਂ ਸਤਨਾਮ, ਹਰੀ ਕੰਬੋ ਹੁੰਦਾ, ਹਰੀ ਕੰਬੋ, ਬੂੜੀ ਦਾ ਪੁੱਤਰ ਆ। ਉਹਦਾ ਕੀ ਨਾਂ ਸੀ? ਹਰੀ। ਅੱਛਾ, ਅਸੀਂ 6 ਦੇ 6 ਪਹਿਲੀ ਤੋਂ ਲੈ ਕੇ 6 ਜਮਾਤਾਂ ਕੀਤੀਆਂ। ਕਿਹੜੀ ਜਗ੍ਹਾ ਤੋਂ? ਇੱਥੇ ਭੁੰਮਣ ਸ਼ਾਹ। ਅੱਛਾ, ਭੁੰਮਣ ਸ਼ਾਹ ਸਕੂਲ ਹੈ ਸੀ ਉਦੋਂ? 6 ਜਮਾਤਾਂ ਦਾ, 6 ਜਮਾਤਾਂ ਦਾ, ਲੋਅਰ ਮਿਡਲ, ਲੋਅਰ ਮਿਡਲ। ਅਤੇ ਤੁਹਾਡਾ ਮਾਸਟਰ ਕੌਣ ਹੁੰਦਾ ਸੀ? ਮਾਸਟਰ ਵਸਾਵਾ ਸਿੰਘ ਆ, ਹਰੀਚੰਦ ਖੱਤਰੀ। ਹਰੀਚੰਦ ਖੱਤਰੀ ਸੀ? ਹਜ਼ੂਰ ਅਲੀ ਸ਼ਾਹ ਗੁਜਰਾਤ ਦਾ। ਹਜ਼ੂਰ ਅਲੀ ਸ਼ਾਹ ਸੀ ਮੁਸਲਮਾਨ, ਅਤਾ ਮੁਹੰਮਦ ਸੰਡਰ ਦਾ। ਅੱਛਾ, 3 ਮਾਸਟਰ। ਅੱਛਾ 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 ਅੱਛਾ। ਅਤੇ ਪੜ੍ਹਾਉਂਦੇ ਤੁਹਾਨੂੰ ਕੀ ਸੀ ਸਕੂਲੇ, ਕੀ ਪੜ੍ਹਦੇ ਹੁੰਦੇ ਸੀ ਤੁਸੀਂ? ਇਹ ਤਾਰੀਖਾਂ ਜਿਹੜੇ ਅੱਜ 8ਵੀਂ ਤਾਰੀਖਾਂ ਇਹ ਸਾਨੂੰ 3 ਵਿੱਚ ਸਮਝਾਉਂਦੇ ਆ। ਉਰਦੂ ਪੜ੍ਹਾਉਂਦੇ ਸੀ? ਉਰਦੂ, ਉਰਦੂ, ਹੋਰ ਕੋਈ ਜ਼ੁਬਾਨ ਨਹੀਂ ਸੀ? ਨਾ। ਹਿਸਾਬ ਵੀ ਪੜ੍ਹਾਇਆ ਜਾਂਦਾ ਸੀ? ਹਿਸਾਬ ਕਿਤਾਬ, ਜਿਓਮੈਟਰੀ, ਜੁਗਰਾਫੀ। ਅੱਛਾ, ਅੰਗਰੇਜ਼ੀ ਤਾਂ ਨਹੀਂ ਹੈ ਸੀ ਉਦੋਂ? ਨਾ। ਫਾਰਸੀ? ਫਾਰਸੀ ਹੈਗੀ ਸੀ। ਅੱਛਾ, ਲੰਗਰ ਇੱਥੇ ਕਿੰਨੇ ਕੁ ਟਾਈਮ ਚੱਲਦਾ ਸੀ? ਕਿੰਨੇ ਟਾਈਮ ਲੰਗਰ ਚੱਲਦਾ? 24 ਘੰਟੇ। 24 ਘੰਟੇ, 24 ਘੰਟੇ। ਇਸ ਪਿੰਡ ਦੇ 84 ਪਿੰਡ ਨੇ ਜਿਹੜੇ ਲੰਗਰ 'ਚ ਪਏ। ਕਿੰਨੇ ਪਿੰਡ ਇਹਨੂੰ ਲੰਗਰ ਦਿੰਦੇ ਸੀ, ਹਿੱਸਾ ਦਿੰਦੇ ਸੀ ਲੰਗਰ 'ਚ? ਭਾਈ ਹਾਲ ਮਗਰੂ ਦਿੰਦੇ ਆ। ਅੱਛਾ, ਦੇ ਚੜ੍ਹਦੇ ਆ। ਅੱਛਾ, ਪਿੰਡ ਦੇ ਜੀਵਨ ਦਾਸ ਹੁੰਦਾ ਸੀ, ਉਹ ਕਾਰ ਲੈਂਦਾ ਸੀ। ਅੱਛਾ, ਕੰਬੋਆਂ ਦੇ ਕੋਲ। ਅੱਛਾ, ਭਾਈ ਹਾਲ ਮਗਰੂ ਦਿੰਦੇ ਆ। ਠੀਕ ਹੈ, ਠੀਕ ਹੈ, ਦਾਣੇ ਗੱਲਦੇ। ਠੀਕ ਹੈ, ਕੋਈ ਇਦੂ ਦਿੱਤੀ ਜਾਂਦਾ, ਕੋਈ ਇਦੂ। ਅਤੇ ਲੰਗਰ ਤੁਸੀਂ ਵੀ ਖਾਂਦੇ ਸੀ ਬਾਬਾ ਨਜ਼ਰ ਮੁਹੰਮਦ? ਹਾਂ, ਕਰਦਾ। ਲੰਗਰ ਵਿੱਚ ਕੀ ਕੁਝ ਹੁੰਦਾ ਸੀ ਖਾਣ ਨੂੰ? ਦਾਲ ਫੁਲਕਾ। ਪੂਰਾ ਪਿੰਡ ਇੱਥੋਂ ਹੀ ਖਾਂਦਾ ਸੀ? ਨਹੀਂ। ਹਾਂ, ਕਿਸੇ ਨੂੰ ਸ਼ੌਕ ਹੁੰਦਾ ਤਾਂ ਲੈ ਆਉਂਦਾ। ਅੱਛਾ, ਜਵਾਰ, ਬਾਜਰੀ, ਜੌ, ਛੋਲੇ। ਅੱਛਾ, ਕਣਕ। ਹਾਂ, ਪੀਠਾ ਹੁੰਦਾ। ਅੱਛਾ, ਅਤੇ ਇਹ ਜਿਹੜੇ ਖਾਂਦੇ ਸੀ ਬਹਿ ਕੇ, ਇਹ ਸਾਰੇ ਮੁਸਲਮਾਨ, ਸਿੱਖ, ਹਿੰਦੂ ਇਕੱਠੇ ਬਹਿ ਕੇ ਖਾਂਦੇ ਸੀ ਲੰਗਰ? ਨਹੀਂ। ਹਾਂ, ਹਿੰਦੂਆਂ ਦਾ ਵੱਖਰਾ, ਮੁਸਲਮਾਨਾਂ ਦਾ ਵੱਖਰਾ। ਅੱਛਾ, ਲੰਗਰ ਫਿਰ ਵੱਖਰਾ ਵੱਖਰਾ ਵੰਡਿਆ ਜਾਂਦਾ ਸੀ? ਹਾਂ। ਪਕਾਉਣ ਵਾਲੇ ਕੌਣ ਹੁੰਦੇ ਸੀ, ਮੁਸਲਮਾਨ ਜਾਂ ਹਿੰਦੂ? ਪਕਾਉਣ ਵਾਲੇ ਮੁਸਲਮਾਨ ਵੀ ਹੁੰਦੇ ਆ, ਹਿੰਦੂ ਵੀ। ਇਹ ਲੰਗਰ ਕਿੱਥੇ ਪੱਕਦਾ ਸੀ? ਇਹ ਮੰਦਰ ਵਾਲੀ ਜਗ੍ਹਾ 'ਤੇ? ਅੰਦਰ, ਅੰਦਰ। ਅੱਛਾ, ਜਾਨਵਰ ਵੀ ਆਉਂਦੇ ਸਨ ਖਾਵਣ? ਕਾਵਾਂ, ਕੁੱਤਿਆਂ ਨੂੰ ਜਾਨਵਰ ਵੀ ਆਉਂਦੇ ਸਨ ਸਪੈਸ਼ਲ ਖਾਵਣ ਵਾਸਤੇ? ਜਾਨਵਰ ਵੀ ਇੱਥੇ ਇਕੱਠੇ ਹੋ ਜਾਂਦੇ ਸੀ ਖਾਣ ਵਾਸਤੇ ਲੰਗਰ? ਕੁੱਤੇ ਵੀ, ਕੁੱਤੇ, ਜਾਨਵਰ, ਜੋ ਵੀ, ਪਰਿੰਦੇ, ਪੱਖੂ, ਕਾਂ। ਹਾਂ, ਕਾਵਾਂ ਨੂੰ ਟੋਕਰੇ ਬਰ ਬਰਦੇ ਸੱਟਣੇ। ਅੱਛਾ, ਕੁੱਤਿਆਂ ਨੂੰ ਟੋਕਰੇ ਬਰ ਬਰਦੇ ਸੱਟਣੇ। ਠੀਕ ਹੈ, ਪਾਣੀ ਕਿਵੇਂ ਖੂਹ ਚੁੱਕੜਦੇ ਸੀ? ਪਾਣੀ ਖੂਹ ਲੱਗੇ ਹੁੰਦੇ, ਪੱਕੇ ਕੱਚੇ। ਕਿਹੜੀ ਜਗ੍ਹਾ ਸੀ ਇਹ ਖੂਹ? ਹੈਗਾ ਸੀਵਿਆਂ ਮਾਂ ਬੁੱਢਾ, ਤਬੇਲਾ, ਤਬੇਲੇ ਖੱਚਰ ਜੁੜਦੀ ਸੀ। ਇਹ ਖੂਹ ਹੁੰਦੇ ਸਨ। ਇਹਦੇ ਨਾਲ ਵੱਡੀ ਸਾਰੀ ਬਿਲਡਿੰਗ ਹੈ, ਇਹਦੇ ਵਿੱਚ ਕੌਣ ਰਹਿੰਦਾ ਸੀ? ਲੰਗਰ ਖਾਤਾ ਹੈ, ਆ ਜਿਹੜੇ ਨਾਲ ਚੁਬਾਰੇ ਬਣੇ ਨੇ ਵੱਡੇ ਵੱਡੇ ਉੱਚੇ ਹੁੰਦੇ ਗਏ, ਬਣਾ ਕੇ ਗਏ। ਇਹ ਇਹਦੇ 'ਚ ਕੋਈ ਰਹਿੰਦਾ ਸੀ ਜਾਂ ਲੰਗਰ ਖਾਨਾ ਸੀ? ਸਾਹਮਣੇ ਚੁਬਾਰੇ ਜਿਹੜੇ ਨੇ, ਕੋਈ ਨਹੀਂ ਰਹਿੰਦਾ, ਇਹ ਸਾਰੇ ਲੰਗਰ ਖਾਨਾ ਹੀ ਸੀ? ਲੰਗਰ ਖਾਨਾ ਹੀ। ਮੰਤ ਕਿੱਥੇ ਰਹਿੰਦਾ ਸੀ? ਕੋਠੀ ਜਾਂ ਬਰਸਾਤੀ। ਕੋਠੀ ਹੁੰਦੀ ਕਿੱਥੇ ਸੀ? ਕੋਠੀ ਹੁੰਦੀ ਹੈ ਆਏ ਆਏ। ਅੱਛਾ ਅੱਛਾ, ਹੋ ਗਈ, ਬੁਖਾਰ ਖਤਮ ਹੋ ਗਈ।
तबेले विच की हुंदा सी? घोड़िया 200-250 दो 250 घोड़ी सी इत्थे? चार घोड़े आए। चार घोड़े, ये भी मनता दे सी? ओ पहली दो च पहले आते तो ऊठ होंदे पुराने वक्त दा सरदारी। अच्छा अच्छा, 250 घोड़ी उन्हें रखी सी ते ऊठ भी रखे सन। ऊठ किन्ने क सन? ऊठ 6-7 है गए। ये जिसले तू गया मंत जावण लग गया जदों आर्मी दे असार च गया तो उदों इत्थे कोई पिंड आया कोई शायद दे गया को नहीं इत्थे चीज कोई जांदी वार वंड गया या लै गया अपना कोई लै गया होवे कोई लै गया सारी बड़ा लै गया सी अपनियां घोड़ियां लै गया सारियां ਘੋੜੀਆਂ ਆਪਣੀਆਂ ਸਾਰੀਆਂ ਲੈ ਗਿਆ ਨਾਲ ਮੰਤ ਘੋੜੀਆਂ ਪੋਰਾ ਬਣ ਗਿਆ ਹੈ ਅੱਛਾ ਇੱਥੋਂ ਫਿਰ ਜਾਂਦੀ ਵਾਰ ਕੋਈ ਮਿੱਟੀ ਮੁੱਟੀ ਵੀ ਲੈ ਕੇ ਗਏ ਸੁਣਿਆ ਉਹਨਾਂ ਨੇ ਅਗਾ ਜਾ ਤੇ ਵੀ ਇਹ ਬਣਾਇਆ ਹੈ ਭੁੰਮਣ ਸ਼ਾਹ ਬਾਅਦ ਵਿੱਚ ਆਏ ਨੇ ਸਾਲ ਪਿੱਛੇ ਅੱਛਾ ਮਿੱਟੀ ਲੈ ਗਏ ਅੱਛਾ ਉਹ ਜਾ ਕੇ ਉੱਥੇ ਬਣਾਇਆ ਇਹ ਕਿੱਥੇ ਜਾ ਤੇ ਬੈਠੇ ਨੇ ਅਗਾ ਕੋ ਪਤਾ ਬਹੁਤੀ ਕੇ ਤਹਿਸੀਲ ਸਰਸਾ ਇੱਥੇ ਅੱਛਾ ਤਹਿਸੀਲ ਸਰਸਾ ਦੇ ਵਿੱਚ ਬੈਠੇ ਨੇ ਉਹ ਕਿੰਨੀ ਕੁ ਵਾਰੀ ਆਏ ਨੇ ਬਾਅਦ 'ਚ ਇੱਥੇ ਭੁੰਮਣ ਸ਼ਾਹ ਵੇਖਣ ਉਹ ਨਹੀਂ ਜੀ ਮੰਦ ਨਹੀਂ ਆਇਆ ਉਹ ਹੈਡ ਤੇ ਜੇ ਲਿਆਇਆ ਤਾਂ ਉਹਨਾਂ ਕੀ ਬਾਰ ਲਿਜਾਣਾ ਤੈਨੂੰ ਚਾਚੇ ਵਰਤੀ ਆਇਆ ਨਹੀਂ ਅੱਛਾ ਅੱਖੀ ਬੰਦ ਤੇ ਲਿਜਾਣਾ ਅੱਛਾ ਉਹ ਸਕਾ ਮੈਂ ਨਹੀਂ ਜਾਣਾ ਲਿਜਾ ਹਟ ਗਿਆ ਅੱਛਾ ਇਹਨਾਂ ਦਾ ਪਿੰਡ ਉੱਥੇ ਤਹਿਸੀਲ ਸਰਸਾ ਵਿੱਚ ਬਹੁਤੀ ਕੇ ਤੁਹਾਡੇ ਜਾਣਨ ਵਾਲੇ ਅਗਰ ਕੋਈ ਜਿਉਂਦਾ ਹੋਵੇ ਉਹ ਉੱਧਰ ਵੇਖਣਗੇ ਤੁਹਾਡਾ ਨਾ ਸਾਰਾ ਤੇ ਕਿਸੇ ਨਾਲ ਕੋਈ ਪੈਗਾਮ ਦੇਣਾ ਆਪਣੇ ਕਲਾਸ ਫੈਲੋ ਜਿਹੜੇ ਤੁਹਾਡੇ ਨਾਲ ਜਮਾਤੀ ਸਨ ਆਮ ਜਮਾਤੀ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤਾਂ ਕਰੋ ਉਹ ਵੇਖਣਗੇ ਸਤਨਾਮ ਜੀ ਦਾ ਅਸਲਾਮ ਵਾਲੇਕੁਮ ਹਰੀ ਕਮੋਲ ਜੀ ਦਾ ਅਸਲਾਮ ਵਾਲੇਕੁਮ ਰਮਦਿੱਤਾ ਹੈ ਹਾਂ ਰਮਦਿੱਤਾ ਹੈ ਤਾਂ ਸਲਾਮ ਵਾਲੇਕੁਮ ਅੱਛਾ ਰਾਮ ਦਿੱਤਾ ਹੈ ਤਾਂ ਸਲਾਮ ਵਾਲੇਕਮ ਜੀ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਉਹ ਪੂਰਾ ਨਾਂ ਕੀ ਲੈਂਦੇ ਸੀ ਤੁਹਾਡਾ ਨਜ਼ਰ ਨਜ਼ਰ ਅਤੇ ਉਹਨਾਂ ਨੇ ਸਿਆਣਨਾ ਹੋਵੇ ਤਾਂ ਕੀ ਦੱਸੋਗੇ ਮੈਂ ਕਿਹੜਾ ਨਜ਼ਰ ਹਾਂ ਧੋਬੀ ਹਾਂ ਠੀਕ ਹੈ ਧੋਬੀਆਂ ਦਾ ਮੁੰਡਾ ਨਜ਼ਰ ਧੋਬੀ ਵਾਲ ਕਰੀਮ ਬਖਸ਼ ਕਰੀਮ ਤੁਹਾਡੇ ਵਾਲਦ ਦਾ ਕੀ ਨਾਂ ਸੀ ਕਰੀਮ ਬਖਸ਼ ਕਰੀਮ ਬਖਸ਼ ਅੱਛਾ ਇੱਥੇ ਮੁਸਲਮਾਨਾਂ ਦੇ ਵੈਸੇ ਕਿੰਨੇ ਕੁ ਘਰ ਸੀ ਉਦੋਂ ਬੜੇ ਘਰ ਹੈ ਅੱਛਾ ਹੱਕ ਸਾਰਾ ਮੁਸਲਮਾਨਾਂ ਦਾ ਹਿੰਦੂਆਂ ਕੰਬੋਆਂ ਦਾ ਮੁਸਾਵੀ ਆ ਅੱਛਾ 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 ਨਿਆਂ ਬੜੇ ਇੱਥੋਂ ਦੀ ਲੜਾਈ ਝਗੜੇ ਦਾ ਨਿਆਂ ਕੌਣ ਕਰਦਾ ਸੀ ਮੰਤ ਇਨਸਾਫ ਨਾਲ ਕਰਦਾ ਸੀ ਇਨਸਾਫ ਉਹ ਡੰਡੀ ਦਾ ਨਹੀਂ ਮਾਰਦਾ ਸੀ ਨਹੀਂ ਬੱਲੀ ਬਾਛੀ ਸ਼ਾਮ ਵੇਲੇ ਆਇਆ ਆਵਾਜ਼ ਤੇ ਹਿੰਦੂ ਵਾਲੀ ਟੂਟੀਆਂ ਹਿੰਦੂ ਵਾਲੀਆਂ ਟੂਟੀਆਂ ਤੇ ਬਹੁਤ ਅੱਛਾ ਕੋਈ ਕੋਈ ਚੁੱਪ ਹਿੰਦੂ ਵਾਲੀਆਂ ਟੂਟੀਆਂ ਤੇ ਨਾਵੇ ਪਿਆ ਅੱਛਾ ਬਹੁਤ ਹਾਂ ਉਹ ਮਾਧੋਦਾਸ ਆ ਸਾਧ ਉਸ ਆਖਿਆ ਕਿ ਕਿਉਂਕਿ ਇੱਥੇ ਟੂਟੀਆਂ ਤੇ ਕਿਉਂ ਨਾ ਆਉਂਦਾ ਉਸ ਆਖਿਆ ਤਿਆ ਪਰਾ ਉਹ ਮਾਛੀ ਨੇ ਕੁੱਟਿਆ ਜਾ ਅੱਛਾ ਉਹ ਲੱਗਾ ਗਿਆ ਮੰਤ ਕੋਲ ਆਖੇ ਮੈਨੂੰ ਮਾਰਿਆ ਇਸ ਬੱਲੀ ਮਾਛੀ ਨੇ ਇਸ ਵਾਲੇ ਟੂਟੀਆਂ ਅਗੇ ਕੋਈ ਬੰਦਾ ਅਗੇ ਕੋਈ ਨਹੀਂ ਹੈ ਤੇ ਮੁੜਦੇ ਦੀ ਭੈਣ ਅੱਛਾ ਮੈਸੇਜ ਪਹੁੰਚੇਗਾ ਹਰ ਜਗ੍ਹਾ ਉਸ ਆਖਿਆ ਬਾਜਾ ਪਰਾ ਮਰੀਜ਼ ਸੇ ਮੇਰੇ ਕੋਲ ਅੱਛਾ ਉਹਨੇ ਆਖਿਆ ਪਾਜਾ ਇਹਦਾ ਗਵਾਹ ਕੋਈ ਨਹੀਂ ਬਈ ਇਸ ਗੱਲ ਦਾ ਗਵਾਹ ਕੀ ਬਈ ਉਹ ਮੂੰਹ ਧੋਦਾ ਪਿਆ ਟੂਟੀ ਕੇ ਪਲੀਤ ਹੋ ਗਈ ਟੂਟੀਆਂ ਆਸੇ ਅਲੱਗ ਅਲੱਗ ਲੱਗੀਆਂ ਹੋਈਆਂ ਸੀ ਹਿੰਦੂਆਂ ਦੀਆਂ ਵੱਖਰੀਆਂ ਮੁਸਲਮਾਨਾਂ ਦੀਆਂ ਅੱਛਾ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਟੂਟੀਆਂ ਅਲੱਗ ਅਲੱਗ ਸੀ ਮੁਸਲਮਾਨ ਇੱਥੇ ਨਮਾਜ਼ ਵੀ ਪੜ੍ਹ ਲੈਂਦੇ ਸੀ ਹਾਂ ਇਸੀ ਇਹਦੇ ਵਿੱਚ ਹੀ
ਮਸਜਿਦਾਂ ਬਣੀਆਂ ਹੋਈਆਂ ਹੋਈਆਂ ਮਸਜਿਦ ਬਣੀਆਂ ਹੋਈਆਂ ਅੱਛਾ ਠੀਕ ਹੈ ਮਿਰਾਦੁਨ ਨਬੀ ਹੁੰਦਾ ਅੱਛਾ ਤੇ ਉਹ ਦੇਗਾ ਦਿੰਦਾ ਦਰਿਆ ਜੀ ਅੱਛਾ ਉਦੋਂ ਦੇਗਾਂ ਵੀ ਦਿੰਦਾ ਸੀ ਉਹ ਦੇਗਾਂ ਵੀ ਦਿੰਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਮੀਆਂ ਫਜ਼ਲ ਦੀਨ ਕਸਾਈ ਆ ਕਲਮੇ ਦਾ ਗੁਕਾਰ ਆਉਂਦਾ ਪਿਛਲੀ ਰਾਤ ਉਹ ਲਗਾ ਗਿਆ ਤੇ ਉਹ ਸਕਾ ਮਨ ਸਾਹਿਬ ਮੈਂ ਮਸਜਿਦ ਬਣਾ ਲਾ ਅੱਛਾ ਅੱਗੇ ਬਣਾ ਲੈ ਪੱਕੀ ਬਣਾਉਣੀ ਹੈ ਅੱਛਾ ਆ ਮੇਰੇ ਬੱਠੇ ਤੋਂ ਇੱਟਾ ਜਾ ਅੱਛਾ ਮੰਤ ਨੇ ਆਪਣੇ ਪੱਠੇ ਤੋਂ ਇੱਟਾਂ ਵੀ ਦਿੱਤੀਆਂ ਸੀ ਮਸਜਿਦ ਵਾਸਤੇ ਹਾਂ ਮਸਜਿਦ ਤੇ ਮੁਫਤ ਵਿੱਚ ਪੈਸੇ ਤਾਂ ਨਹੀਂ ਲਏ ਸਨ ਨਾ ਮਸਜਿਦ ਬਣ ਗਈ ਸੀ ਫਿਰ ਹਾਂ ਮੀਆਂ ਸਲੀਮ ਚਲੋ ਬਾਬਾ ਜੀ ਬੜੀ ਮਿਹਰਬਾਨੀ ਚਲੋ ਅਗਰ ਬੰਦਾ ਮਿਲ ਗਿਆ ਤੁਹਾਨੂੰ ਜਿਉਂਦੇ ਵਸਦੇ ਰਹੋ ਠੀਕ ਹੈ ਮਿਹਰਬਾਨੀ ਮਿਹਰਬਾਨੀ ਇਹ ਜਿਹੜੀ ਪਿੱਛੇ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਕੀ ਚੀਜ਼ ਹੈ ਇਹ ਜਿਹੜੀ ਪਿੱਛੇ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਉਹਨਾਂ ਦਾ ਉਸ ਵਕਤ ਦਾ ਲੰਗਰ ਖਾਨਾ ਹੁੰਦਾ ਸੀ ਜਿੱਥੇ ਉਹਨਾਂ ਦਾ ਲੰਗਰ ਜਾਰੀ ਰਹਿੰਦਾ ਸੀ ਸਾਹਮਣੇ ਵਾਲੀ ਬਿਲਡਿੰਗ ਜਿਹੜੀ ਹੈ ਇਹ ਲੰਗਰ ਖਾਨਾ ਸੀ ਜਿਹੜਾ ਉੱਪਰ ਸਟੈਂਡ ਖੜਾ ਹੈ ਉਹ ਕੈਰੀਅਰ ਲੋਹੇ ਦਾ ਉਹ ਉਹਨਾਂ ਦਾ ਟੋਏ ਥੱਲੇ ਸੀ ਉਹਨਾਂ ਦਾ ਖੂਹ ਜਿਹਦੇ ਵਿੱਚ ਪਾਣੀ ਕੱਢਦੇ ਸਨ ਪਾਣੀ ਨਿਕਲ ਕੇ ਬਾਲਟੀ ਉਹਨਾਂ ਦੀ ਉੱਥੇ ਜਾ ਕੇ ਰੁਕ ਜਾਂਦੀ ਸੀ ਫਿਰ ਜਿਹਨੂੰ ਪਾਣੀ ਦੀ ਜ਼ਰੂਰਤ ਹੁੰਦੀ ਸੀ ਉਹ ਫਿਰ ਉੱਥੇ ਲੈ ਕੇ ਆਪਣਾ ਪਾਣੀ ਲੈ ਕੇ ਇਸਤੇਮਾਲ ਇਹ ਜਿਹੜਾ ਸਟੈਂਡ ਹੈ ਉੱਤੇ ਲੋਹੇ ਦਾ ਲੱਗਿਆ ਠੀਕ ਹੈ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਹਾਂ ਇਹ ਉਹਨਾਂ ਦਾ ਮੰਦਿਰ ਸੀ ਜਿਹਨਾਂ ਨੂੰ ਆਪਾਂ ਮੰਦਿਰ ਕਹਿੰਦੇ ਹਾਂ ਉਹਨਾਂ ਦਾ ਉਹ ਮੰਦਿਰ ਹੋ ਗਿਆ ਹੁਜਰਾ ਹੋ ਗਿਆ ਜਾਂ ਪੂਜਾ ਘਰ ਜੋ ਵੀ ਹਾਂਜੀ ਠੀਕ ਹੈ ਇਹਨਾਂ ਦੀ ਮਖਸੂਸ ਇੱਥੇ ਚਾਰ ਗੇਟ ਲੱਗੇ ਹੋਏ ਸਨ ਇਹਨਾਂ ਦੀ ਸਾਰੀ ਬਿਲਡਿੰਗ ਇੱਕ ਹੈ ਮੇਨ ਰੋਡ ਤੇ ਆ ਗਿਆ ਇੱਕ ਉਸ ਸਾਈਡ ਤੇ ਇੱਕ ਉਸ ਸਾਈਡ ਤੇ ਇੱਕ ਇਸ ਸਾਈਡ ਤੇ ਅੱਛਾ ਚਾਰ ਗੇਟ ਸਨ ਇਹਨਾਂ ਦਾ ਮਖਸੂਸ ਟਾਈਮ ਹੁੰਦਾ ਸੀ ਰਾਤ ਨੂੰ ਕਿ 10 ਵਜੇ ਗੇਟ ਇਹ ਬੰਦ ਹੋ ਜਾਣਗੇ ਅੱਛਾ ਜਿਹੜਾ ਬੰਦਾ ਅੰਦਰ ਆ ਗਿਆ ਉਹ ਆ ਗਿਆ ਉਸ ਤੋਂ ਬਾਅਦ ਕਿਸੇ ਬੰਦੇ ਨੂੰ ਅੰਦਰ ਇੰਟਰਵਿਊ ਹੋਣ ਦੀ ਇਜਾਜ਼ਤ ਨਹੀਂ ਸੀ ਚਾਹੇ ਉਹ ਉਹਨਾਂ ਦਾ ਆਪਣਾ ਸੀ ਜਾਂ ਬਾਹਰ ਦਾ ਸੀ ਬਿਲਕੁਲ ਲੇਕਿਨ ਸੁਣਨ ਵਿੱਚ ਇਹ ਹੀ ਆਇਆ ਕਿ ਇਹ ਜਿਹੜੇ ਲੋਕ ਸਨ ਇਹ ਫਿਰ ਟਾਈਮ ਦੇ ਪਾਬੰਦ ਹੁੰਦੇ ਸਨ ਇਹ 10 ਵਜੇ ਜਿਹੜਾ ਉਹਨਾਂ ਦਾ ਮੁਤਾਬਿਕ ਟਾਈਮ ਹੈ ਸੀ ਉਸ ਟਾਈਮ ਦੇ ਮੁਤਾਬਕ ਉਹ ਆਪਣੇ ਅੰਦਰ ਘਰਾਂ ਵਿੱਚ ਚਲੇ ਜਾਂਦੇ ਸਨ ਠੀਕ ਹੈ ਮਿਹਰਬਾਨੀ ਹਾਂਜੀ ਸ਼ਾਹ ਜੀ ਤੁਹਾਡੇ ਮਗਰ ਇਹ ਸਾਰਾ ਬਾਗ ਸੀ ਇਹਨਾਂ ਦਾ ਜੀ ਸਾਰੇ ਤੋਂ ਬਾਗ ਇਹਦਾ ਹੈਗਾ ਕਿ ਜਿਹੜਾ ਇਹਦੇ ਵਿੱਚ ਬੰਦਾ ਵੜ ਜਾਂਦਾ ਤੇ ਨਜ਼ਰ ਨਹੀਂ ਆਉਂਦਾ ਕਿੰਨੇ ਕੁ ਏਕੜੇ ਬਾਗ ਸੀ ਕਿੰਨੇ ਕਿੱਲੇ ਤਕਰੀਬਨ 12 ਕਿੱਲੇ ਇਹ ਤੇ ਪਹਿਲੀ ਕੋਠੀ ਬਾਗ ਵਾਲੀ ਹੈ ਕਿੰਨਾ ਇਹ ਤਾਂ ਮੇਰਾ ਅੰਦਾਜ਼ਾ ਹੈ ਵੀ 20 ਕਿੱਲਿਆਂ ਦਾ ਬਾਗ ਆ ਉਹ ਕੋਠੀ ਵਿੱਚ ਆ ਜਾਂਦੀ ਬਾਗ ਦੇ ਜਿੱਥੇ ਹੁਣ ਆਬਾਦੀ ਹੋ ਗਈ ਹੈ